ਸਤਿ ਸ਼੍ਰੀ ਅਕਾਲ ਜੀ, ਮੈਂ ਜਗਮੀਤ ਬਰਾੜ। ਦੋਸਤੋ, ਅਕਸਰ ਹੀ ਆਪਾਂ ਤੁਹਾਡੇ ਨਾਲ ਕੁਝ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਾਂ ਜਿਨ੍ਹਾਂ ਵਿੱਚ ਹਾਸਾ ਮਜ਼ਾਕ ਫਨ ਹੁੰਦਾ। ਸੋ ਅੱਜ ਮੈਂ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ। ਮੈਂ ਐਕਚੁਅਲੀ ਆਪਣਾ ਵਟਸਐਪ ਦੇਖ ਰਿਹਾ ਸੀ ਅਤੇ ਕਿਸੇ ਭਰਾ ਦਾ ਬੜਾ ਸੋਹਣਾ ਮੈਨੂੰ ਇੱਕ ਮੈਸੇਜ ਆਇਆ ਅਤੇ ਉਹਨਾਂ ਦਾ ਬੜਾ ਵਧੀਆ ਲਿਖਿਆ ਸੀ। ਉਹਦੇ ਵਿੱਚ ਸੀ ਕਿ ਜ਼ਿੰਦਗੀ ਦਾ ਕੌੜਾ ਸੱਚ, ਕਿਉਂਕਿ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਅਤੇ ਬਿਜ਼ਨਸ ਦੇ ਵਿੱਚ ਇੰਨੇ ਬਿਜ਼ੀ ਹੋ ਜਾਂਦੇ ਹਾਂ ਕਿ ਆਪਾਂ ਕਈ ਵਾਰ ਪੈਸਿਆਂ ਦੀ ਦੌੜ ਵਿੱਚ ਆਪਣਾ ਆਪ ਭੁਲਾ ਲੈਂਦੇ ਹਾਂ ਜਾਂ ਗੁੰਮ ਹੋ ਜਾਂਦੇ ਹਾਂ, ਜਾਂ ਪਰਿਵਾਰ ਦੇ ਜਿਹੜਾ ਵਿੱਚ ਸਮਾਂ ਬਿਤਾਉਣ ਦਾ ਸਮਾਂ ਹੁੰਦਾ ਨਾ ਸਾਡਾ, ਕਿ ਮਨ ਵੀ ਕਰਦਾ ਹੁੰਦਾ ਪਰ ਅਸੀਂ ਨਹੀਂ ਟਾਈਮ ਕੱਢ ਪਾਉਂਦੇ। ਸੋ ਇੱਕ ਬਹੁਤ ਵੱਡੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਹੋਈ ਆ ਲੇਖਕਾ ਕੈਰੀਸੀਡਾ ਰੋਡਰੀਗਜ਼, ਜਿਨ੍ਹਾਂ ਦੀ ਕੈਂਸਰ ਨਾਲ ਮੌਤ ਹੋ ਗਈ। ਸੋ ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੌਸਪੀਟਲ ਦੇ ਬੈੱਡ ਦੇ ਉੱਪਰ ਪਏ ਹੋਏ ਕੁਝ ਗੱਲਾਂ ਲਿਖੀਆਂ। ਉਹ ਬਹੁਤ ਅਮੀਰ ਸੀ ਅਤੇ ਜਦੋਂ ਉਹਨਾਂ ਨੇ ਗੱਲਾਂ ਲਿਖੀਆਂ, ਜੋ ਵੀ ਬੰਦਾ ਉਸਨੂੰ ਪੜ੍ਹਦਾ ਭਾਵੁਕ ਹੋ ਜਾਂਦਾ। ਮੈਂ ਵੀ ਜਦੋਂ ਇਹ ਲਾਈਨਸ ਪੜ੍ਹੀਆਂ ਤਾਂ ਮੈਂ ਵੀ ਬੜਾ ਭਾਵੁਕ ਹੋਇਆ ਅਤੇ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ। ਤੁਸੀਂ ਉਮੀਦ ਆ ਕਿ ਤੁਹਾਨੂੰ ਪਸੰਦ ਆਉਣਗੀਆਂ। ਸੋ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਓ ਅੱਗੇ ਜਿੰਨਾ ਵੀ ਹੋ ਸਕਦਾ, ਕਿਉਂਕਿ ਕਈ ਵਾਰੀ ਇਹ ਮੈਸੇਜ ਹੀ ਹੁੰਦੇ ਆ ਨਾ ਵੀ ਬੰਦੇ ਤੱਕ ਪਹੁੰਚਦੇ ਆ ਤਾਂ ਉਹਦੀ ਲਾਈਫ ਚੇਂਜ ਹੋ ਜਾਂਦੀ ਹੈ ਜਾਂ ਉਹਨੂੰ ਥੋੜ੍ਹਾ ਜਿਹਾ ਹਲੂਣਾ ਜਿਹਾ ਮਿਲਦਾ ਵੀ ਆਪਾਂ ਜ਼ਿੰਦਗੀ 'ਚ ਨਾ ਬਹੁਤ ਬਿਜ਼ੀ। ਅੱਜ ਕੱਲ੍ਹ ਮੋਸਟਲੀ 90% ਲੋਕ ਆਪਣੇ ਕੰਮਾਂ ਕਾਰਾਂ ਬਿਜ਼ਨਸ ਦੇ ਵਿੱਚ ਬਿਜ਼ੀ ਆ। ਸੋ ਕੰਮ ਵੀ ਕਰਨਾ ਜ਼ਰੂਰੀ ਆ ਪਰ ਆਪਣੇ ਆਪ ਲਈ ਵੀ ਵਕਤ ਜ਼ਰੂਰ ਕੱਢੋ, ਪਰਿਵਾਰ ਲਈ ਵਕਤ ਕੱਢੋ। ਅਤੇ ਉਹ ਜੋ ਗੱਲਾਂ ਉਹਨਾਂ ਨੇ ਲਗਭਗ 9 ਆਪਣੇ ਮਰਨ ਤੋਂ ਪਹਿਲਾਂ 9 ਲਾਈਨਸ ਦੀਆਂ ਕੁਝ ਗੱਲਾਂ ਲਿਖੀਆਂ, 9 ਪੁਆਇੰਟ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਪਹਿਲੇ ਪੁਆਇੰਟ ਵਿੱਚ ਉਹ ਲਿਖਦੀ ਆ ਕਿ ਮੇਰੇ ਕਾਰ ਗੈਰੇਜ ਵਿੱਚ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਖੜ੍ਹੀ ਆ ਪਰ ਮੈਂ ਹਸਪਤਾਲ ਦੀ ਵੀਲ ਚੇਅਰ ਵਿੱਚ ਸਫ਼ਰ ਕਰਦੀ ਹਾਂ। ਨੰਬਰ 2 'ਤੇ ਉਹਨਾਂ ਨੇ ਲਿਖਿਆ ਕਿ ਘਰ ਮੇਰੇ ਅਲਮਾਰੀ ਵਿੱਚ ਹਰ ਤਰ੍ਹਾਂ ਦੇ ਮਹਿੰਗੇ ਕੱਪੜੇ ਪਏ ਆ, ਹੀਰੇ ਜਵਾਹਰਾਤ ਗਹਿਣੇ ਪਏ ਆ, ਬੇਸ਼ੁਮਾਰ ਮਹਿੰਗੇ ਜੁੱਤੇ ਪਏ ਆ ਪਰ ਮੈਂ ਹਸਪਤਾਲ ਦੀ ਦਿੱਤੀ ਇੱਕ ਚਾਦਰ ਵਿੱਚ ਨੰਗੇ ਪੈਰ ਲਿਪਟੀ ਪਈ ਹਾਂ। ਕਿਉਂਕਿ ਹਸਪਤਾਲ ਦਾ ਚਾਦਰ ਹੀ ਦਿੰਦੇ, ਘਰੇ ਜਿਹੜੇ ਮਰਜ਼ੀ ਮਹਿਲ ਹੋਣ ਹੈ ਨਾ, ਬੈੱਡ ਹੋਣ, ਬੰਦੇ ਕੋਲ ਕੁਛ ਵੀ ਮਹਿੰਗੇ ਕੱਪੜੇ ਹੋਣ, ਉੱਥੇ ਤਾਂ ਫਿਰ ਉੱਦਾਂ ਹੀ ਪੈਣਾ ਪੈਂਦਾ। ਠੀਕ ਹੈ ਜੀ। 3 ਨੰਬਰ 'ਤੇ ਉਹ ਲਿਖਦੀ ਆ ਕਿ ਮੇਰੇ ਬੈਂਕ ਵਿੱਚ ਬੇਸ਼ੁਮਾਰ ਪੈਸੇ ਆ ਪਰ ਹੁਣ ਉਹ ਮੇਰੇ ਕਿਸੇ ਕੰਮ ਨਹੀਂ। ਜਦੋਂ ਬੰਦਾ ਹਸਪਤਾਲ ਪਹੁੰਚ ਜਾਂਦਾ, ਚਾਹੇ ਅਰਬਾ ਰੁਪਇਆ ਪਿਆ ਹੋਵੇ ਹੈ ਨਾ, ਦਵਾਈ ਤਾਂ ਉਹਨੂੰ ਖਾਣੀ ਪੈਣੀ ਆ, ਦਵਾਈ ਨਾਲ ਹੀ ਚੱਲਦਾ ਕੰਮ, ਫਿਰ ਉਹ ਮਹਿੰਗੇ ਮਹਿੰਗੇ ਜਿਹੜਾ ਉਹਨਾਂ ਕੋਲ ਕੁਛ ਹੁੰਦਾ ਉਹ ਕੰਮ ਨਹੀਂ ਆਉਂਦਾ ਗਾ। ਅਤੇ 4 ਨੰਬਰ ਪੁਆਇੰਟ ਉਹਨਾਂ ਲਿਖਿਆ ਕਿ ਮੇਰਾ ਘਰ ਇੱਕ ਮਹਿਲ ਦੀ ਤਰ੍ਹਾਂ ਪਰ ਮੈਂ ਹਸਪਤਾਲ ਦੇ ਡਬਲ ਸਾਈਜ਼ ਬੈੱਡ ਵਿੱਚ ਪਈ ਹਾਂ। ਫਿਰ ਉਹਨਾਂ ਲਿਖਿਆ ਕਿ ਮੈਂ 5-17 ਹੋਟਲ ਤੋਂ ਦੂਜੇ 5-17 ਹੋਟਲ ਵਿੱਚ ਬਦਲ ਸਕਦੀ ਹਾਂ ਪਰ ਇੱਥੇ ਇੱਕ ਲੈਬੋਰਟਰੀ ਤੋਂ ਦੂਜੀ ਲੈਬੋਰਟਰੀ ਵਿੱਚ ਘੁੰਮਦੀ ਹਾਂ। ਕਿਉਂਕਿ ਇੰਨੀ ਅਮੀਰ ਸੀ ਉਹ, ਚਾਹੇ 5-star ਹੋਟਲਾਂ ਵਿੱਚ ਰਹਿੰਦੀ, ਇੱਕ ਤੋਂ ਦੂਜੇ 'ਤੇ ਚਲੀ ਜਾਂਦੀ, ਉਹਦੇ ਕੋਲ ਪੈਸਾ ਤਾਂ ਵੀ ਨਹੀਂ ਮੁੱਕਣਾ ਸੀ। ਪਰ ਜਦੋਂ ਬੰਦਾ ਬਿਮਾਰ ਹੋ ਜਾਂਦਾ, ਹੌਸਪੀਟਲ ਜਾਂਦਾ, ਫਿਰ ਉਹਦੀ ਲਾਈਫ ਕਿਸ ਤਰ੍ਹਾਂ ਦੀ ਹੁੰਦੀ ਹੈ, ਇੱਕ ਲੈਬੋਰਟਰੀ ਤੋਂ ਦੂਜੀ ਲੈਬੋਰਟਰੀ, ਟੈਸਟ ਕਰਾਓ, ਦਵਾਈ ਲਓ, ਹੈ ਨਾ, ਇਹ ਚੀਜ਼ਾਂ ਚੱਲਦੀਆਂ। ਉਹਨੇ ਲਿਖਿਆ ਫਿਰ ਕਿ ਮੈਂ ਕਰੋੜਾਂ ਚਾਹੁਣ ਵਾਲਿਆਂ ਨੂੰ ਆਪਣੇ ਆਟੋਗ੍ਰਾਫ ਦਿੱਤੇ ਹਨ ਪਰ ਅੱਜ ਡਾਕਟਰ ਦੇ ਆਖਰੀ ਨੋਟ 'ਤੇ ਦਸਤਖਤ ਕੀਤੇ ਹਨ। ਸੋ ਦੇਖੋ ਨਾ ਕਿੱਡਾ ਭਾਵਕ ਸ਼ਬਦ ਲਿਖਿਆ ਉਹਨਾਂ ਨੇ। ਫਿਰ ਆ ਗਿਆ ਕਿ ਮੇਰੇ ਕੋਲ 7 ਮਹਿੰਗੇ ਵਾਲਾਂ ਨੂੰ ਸ਼ਿੰਗਾਰਨ ਵਾਲੇ ਜੁਐਲਰੀ ਸੈੱਟ ਹਨ ਪਰ ਅੱਜ ਮੇਰੇ ਸਿਰ 'ਤੇ ਵਾਲ ਹੀ ਨਹੀਂ। ਦੇਖ ਲਓ ਜੀ, ਜਦੋਂ ਭਿਆਨਕ ਬਿਮਾਰੀ ਲੱਗਦੀ ਹੈ ਇਹ ਵਾਲ ਵੀ ਝੜ ਜਾਂਦੇ ਸਿਰ 'ਤੇ, ਨਹੀਂ ਔਰਤਾਂ ਨੂੰ ਵਾਲ ਸ਼ਿੰਗਾਰਨ ਦਾ ਬਹੁਤ ਸ਼ੌਂਕ ਹੁੰਦਾ। ਸੋ ਉਹਨਾਂ ਨੇ ਇਹ ਗੱਲ ਲਿਖ ਕੇ ਕਿਹਾ ਕਿ ਹਾਰ ਸ਼ਿੰਗਾਰ ਵੀ ਕੰਮ ਨਹੀਂ ਆਉਂਦਾ ਜਦੋਂ ਬੰਦਾ ਬਿਮਾਰ ਹੋ ਜਾਂਦਾ। ਫਿਰ ਉਹ ਲਿਖਦੇ 8 ਪੁਆਇੰਟ 'ਤੇ ਕਿ ਆਪਣੇ ਨਿੱਜੀ ਜਹਾਜ਼ 'ਤੇ ਮੈਂ ਕਿਤੇ ਵੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਦੀ ਸੀ ਪਰ ਅੱਜ ਵੀਲ ਚੇਅਰ 'ਤੇ ਬਿਠਾਉਣ ਲਈ ਵੀ 2 ਬੰਦਿਆਂ ਦੀ ਲੋੜ ਪੈਂਦੀ ਆ। ਠੀਕ ਹੈ ਜੀ। ਦੇਖੋ ਵੀ ਬੰਦਾ ਜਦੋਂ ਬਿਮਾਰ ਹੋ ਗਿਆ, ਉਹਨੂੰ ਵੀਲ ਚੇਅਰ 'ਤੇ ਉਹਨੂੰ ਘੁਮਾਉਣ 2 ਬੰਦੇ ਚਾਹੀਦੇ ਚੜਾਉਣ ਲਈ, ਰੱਖਣ ਲਈ, ਪਰ ਕਿਤੇ ਉਹਦੇ ਕੋਲ ਜਹਾਜ਼ ਸੀ ਘੁੰਮਦੀ ਸੀ ਵੀ ਬੰਦੇ ਨੂੰ ਜਦੋਂ ਪੈਸਾ ਹੁੰਦਾ ਬੰਦਾ ਚੜ੍ਹਾਈ 'ਚ ਹੁੰਦਾ ਵੀ ਕੋਈ ਚੱਕਰ ਨਹੀਂ ਆਪਣੇ ਕੋਲ ਬਹੁਤ ਕੁਛ ਆ ਨਾ। ਫਿਰ ਉਹ ਲਿਖਿਆ ਕਿ ਵੈਸੇ ਤਾਂ ਬਹੁਤ ਤਰ੍ਹਾਂ ਦੇ ਖਾਣੇ ਹਨ ਪਰ ਮੇਰਾ ਖਾਣਾ ਸਵੇਰੇ 2 ਗੋਲੀਆਂ ਅਤੇ ਸ਼ਾਮ ਨੂੰ ਥੋੜ੍ਹਾ ਜਿਹਾ ਲੂਣ ਹੈ। ਫਿਰ ਉਹ ਲਿਖਦੀ ਹੈ ਕਿ ਮੇਰਾ ਘਰ, ਮੇਰਾ ਪੈਸਾ, ਮੇਰੀਆਂ ਕਾਰਾਂ, ਮੇਰੀ ਮਹਿੰਗੀ ਜੁਐਲਰੀ, ਮੇਰੀ ਸ਼ੌਹਰਤ ਕਿਸੇ ਕੰਮ ਨਹੀਂ ਆ ਰਹੀ ਜਿਸ ਪਿੱਛੇ ਮੈਂ ਸਾਰੀ ਉਮਰ ਜੱਦੋ ਜਹਿਦ ਕੀਤੀ। ਹਰੇਕ ਬੰਦਾ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣ ਲਈ ਬਹੁਤ ਮਿਹਨਤ ਕਰਦਾ, ਬਹੁਤ ਤਰ੍ਹਾਂ ਦੇ ਆ ਕਹਿੰਦੇ ਹੁੰਦੇ ਆ ਪੰਜਾਬੀ ਜੀ, ਪਾਪੜ ਵੇਲਦਾ, ਮੈਂ ਆਹ ਕਰ ਲਾ, ਮੈਂ ਉਹ ਕਰ ਲਾ, ਪਰ ਅੰਤ ਸਮੇਂ ਜਦੋਂ ਬੰਦਾ ਬਿਮਾਰੀਆਂ ਨਾਲ ਘਿਰ ਜਾਂਦਾ ਤਾਂ ਕੋਈ ਪੈਸਾ ਵੀ ਕੰਮ ਨਹੀਂ ਆਉਂਦਾ ਗਾ। ਕਈ ਵਾਰ ਜਿਹੜੇ ਹੁੰਦਾ ਕਿ ਪੈਸੇ ਨਾਲ ਵੀ ਬਿਮਾਰੀਆਂ ਠੀਕ ਨਹੀਂ ਹੁੰਦੀਆਂ, ਫਿਰ ਉਹਨੂੰ ਉਹ ਸਮਾਂ ਯਾਦ ਆਉਂਦਾ। ਫਿਰ ਉਹ ਲਿਖਦੀ ਹੈ ਕਿ ਇਹ ਸਭ ਕੁਝ ਹੁਣ ਮੈਨੂੰ ਸਕੂਨ ਦਿੰਦੇ, ਉਹਦੇ ਵੀ ਜਿਹੜਾ ਪੈਸਾ ਧੇਲਾ ਸਾਰਾ ਕੁਛ ਉਹ ਮੈਨੂੰ ਹੁਣ ਸਕੂਨ ਨਹੀਂ ਦੇ ਰਿਹਾ। ਸੋ ਬਹੁਤ ਸੋਹਣੀਆਂ ਗੱਲਾਂ ਲਿਖੀਆਂ ਕਿ ਜ਼ਿੰਦਗੀ ਬਹੁਤ ਛੋਟੀ ਆ, ਮੌਤ ਸਭ ਤੋਂ ਵੱਡਾ ਸੱਚ ਆ, ਪਰ ਅਸੀਂ ਇਸ ਸੱਚ ਨੂੰ ਭੁਲਾਈ ਬੈਠੇ ਹਾਂ। ਕੋਸ਼ਿਸ਼ ਕਰੀਏ, ਹਰ ਇੱਕ ਦੀ ਮਦਦ ਕਰੀਏ, ਕਿਸੇ ਦਾ ਹੱਕ ਨਾ ਮਾਰੀਏ ਅਤੇ ਹੰਕਾਰੀ ਨਾ ਬਣੀਏ। ਸੋ ਇਹ ਬਹੁਤ ਸੋਹਣਾ ਮੈਸੇਜ ਇੱਕ ਮੈਨੂੰ ਆਇਆ ਸੀ। ਸੋ ਮੇਰਾ ਮਨ ਕੀਤਾ ਕਿ ਤੁਹਾਡੇ ਸਾਰਿਆਂ ਨਾਲ ਜ਼ਰੂਰ ਸ਼ੇਅਰ ਕੀਤਾ ਜਾਵੇ,
क्योंकि असी जिंदगी विच अपना आप ला लैने बस कम्मां कारां दे विच बिजी रहने। वड्डी गल इह आ कि बहुत सारे लोग इन्ने बिजी आ कि सेहत लई भी टाइम नहीं कढ पाउंदे, एक्सरसाइज नहीं कर पाउंदे, क्योंकि कई बंदियां नूं हुंदा वी यार जिवें एक्सरसाइज 'च समां लाया। आपां खुद भी, मैं भी कई वारी टाइम नहीं कढ पाउंदा, सारिआं दी गल करदे आ। ते सो जरूर एक्सरसाइज लई टाइम कढना जरूरी आ। आंदे हुंदे कि दंद गए स्वाद गया ते अखां गईआं जहान गया, है ना, ते इदां करके कुछ हुंदी आ, मैनूं प्रोपर उह चीज़ याद नहीं, है ना। सो ये चीज़ा कि अपनी सेहत का ध्यान रखो, हैल्थ इज़ वैल्थ, जिहड़ी हैल्थ आ उही ही अपना असल धन आ, जिहड़ा होर सारा कुछ जिंदगी दा दोबारा कमाया जा सकदा, पैसा धेला कमा लांगे। जे शरीर एक बारी खराब हो गया ना, इहनू दोबारा ठीक करना बहुत औखा। जदों परमात्मा सानू यह शरीर दिंदा तां उह बहुत वधिया शरीर, आपां देखदे बच्चों का शरीर किन्ना वधिया हुंदा, है ना। हौली हौली बंदा उस शरीर अपना खराब कर लैंदा, मोटापा आ जाता, जो मोटापा आता होर 100 बीमारियां आउंदियां। सो एक्सरसाइज जरूर करो, हर रोज़ घट तो घट 1 घंटा अपनी सेहत लई जरूर दिओ। जे तुसीं कुछ भी करदे हो, पैसा धेला सब कुछ उस बंदे लई, जिवें आपां पढ़िया लेख दे विच उन्होंने लिखिया कि पैसा धेला धन दौलत शौहरत सब कुछ जीरो आ जे साडी सेहत खराब आ। आंदे हुंदे वी इक बंदे कोल 1 करोड़ रुपया पिया पर वह बैड पर पिया होस्पिटल के, वो 1 करोड़ रुपया मिट्टी है, जिमें उन्हें लेख के लिखा, है ना। सो हमेशा सेहत वल ध्यान दौ, तो हैल्थ इज़ वैल्थ। तो यही चीज़ आ कि अपना चंगा खाना पानी जिहड़ा हुंदा वह खाओ, एक्सरसाइज करो, खुश रहो, कोशिश करो कि हर रोज़ हसो, क्योंकि अजकल दे इस टेंशन भरे जमाने विच साडे हासे खत्म हो गए आ। जो हादसा खत्म हो जाता ना तो जिंदगी खत्म हो जाती है। सो हसो, गाओ, अपन ना वरतो, अपन प्यार करो, परिवार के नाल मिल के बैठो। जिहड़े आ मोबाइल आ ना, ये जहर आ, ये इन्हां तो बचो जिन्ना भी हो सकता। मोबाइल ते समा घट बिताओ, एक लिमिटेड टाइम दे विच मोबाइल ते बिताओ। बहुत सारे लोगों को आदत आ भी मोबाइल खोल लिया बस इदा करके उंगल चलती रही है, ब्राउजिंग करते रहेंगे, एक तो बाद दूजी वीडियो पता ही नहीं लगता 2-3 घंटे कदों निकल जाते हैं। सो मोबाइल ते घट ध्यान दिओ, अपन ना मिलो। ये मोबाइल ने रिश्ते भी बहुत खत्म करते। अगे बंदा रिश्तेदारी जाता सी ता आपस दे विच गलबात करदे सी, पुछदा सी वी फलाना किधर गया, मामा किधर गया, चाचा किधर गया, ताया किधर गया, फुफड़ कित्थे आ, भूआ कित्थे आ, जां इदां गल करदे सी लोक, है ना, वी फलानी चीज़ कित्थे आ। हुण अगला पहला जाके पुछदा वी चार्जिंग पोर्ट कित्थे आ, वी मेरा मोबाइल ना किते बंद हो जाए, मैनूं चार्जिंग वाली पोर्ट दसो वी तुहाडे चार्ज कित्थे लगूगा। जां पुछदे आ वी वाईफाई दा पासवर्ड दसो, है ना। अगर पहला लोग पुछदे सी वी होर सुनाओ जी हाल चाल की आ, हुण पहला जानसर कहिंदे यार वाईफाई चलदा, अपने वाईफाई दसी करा, उहदा पासवर्ड दस, है ना। सो जदों आपां किते जांदे आ जी, रल मिल के गल्लां बातां करो, समां याद करो। ये जिंदगी बहुत छोटी आ, समां बड़ी तेजी दे नाल लंघदा, जदों घड़ी घूमदी इदां ही घूमदी रहिंदी आ, पता ही नहीं कदों 12 महीने लंघ जांदे, कदों साल हो जांदा, कदों 5 साल हो जांदे। सो जिंदगी बहुत तेजी नाल लंघदी आ। सो इस समें दे विच असीं अपने आप नूं ना गवालीए, जिन्नी कि जिंदगी आ हस खेड के खुशियां दे नाल आपां समां बिताईए। सो बहुत सारे भैन भरा होणगे जिहड़े कहिंदे ने वी हाँ किदां दीआं गल्लां कर रहे आ, वी चलो जी आपां नूं इह आ वी चैनल आ, तुसीं सारे ही साडी फैमिली हो, जिन्ना भी 28,000 29,000 जिन्ने भी बंदे अपने नाल जुड़े हुए चैनल नाल। सो आपां हासियां दे नाल आम फन शन करदे रहिंदे उहदे नाल, थोड़ियां जिहियां गल्लां जिहड़ियां जिंदगी दी सेहत लई हुण मेरी कोशिश हुंदी आ वी आपां उह वी करिए, पर जिहड़ियां जिंदगी दीआं गल्लां हुंदीआं ना, कुछ इदां दीआं गल्लां आपां करदे आ ना, उहनां गल्लां नूं देखण वाले सुणन वाले लोग बहुत घट आ। अगला कहिंदा वी एवें आपां इहदे इह गल्लां 'च की रख्या, है ना, ਬਈ ਬਸ ਜਿੱਦਾਂ ਹੋਰ ਕੋਈ ਕਮਲ ਕੁੱਟਿਆ ਹੋਵੇ ਕਿਸੇ ਨੇ, ਉਹ ਚੀਜ਼ਾਂ ਨੂੰ ਬਹੁਤ ਸ਼ੇਅਰ ਕਰਦੇ ਆ, ਬਹੁਤ ਲਾਈਕ ਕਰਦੇ ਆ, ਪਰ ਜੇ ਕੋਈ ਕੰਮ ਦੀ ਗੱਲ ਹੋਵੇ, ਮੈਂ ਦੇਖਿਆ ਵੀ ਉਹ ਬਹੁਤ ਘੱਟ ਲੋਕ ਹੁੰਦੇ ਆ ਵੀ ਜਿਹਨੂੰ ਸ਼ੇਅਰ ਕਰਦੇ ਆ ਨਾ, ਕੋਈ ਸਮਝਦਾਰ ਲੋਕ ਜਿਹੜੇ ਚੰਗੇ ਹੁੰਦੇ ਉਹੀ ਸੋਚਦੇ ਵੀ ਹਾਂ। ਸੋ ਪਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਇੱਦਾਂ ਦੀਆਂ ਵੀਡੀਓ ਜਿਹੜੀਆਂ ਹੁੰਦੀਆਂ ਜ਼ਰੂਰ ਬਣਾਇਆ ਕਰੀਏ, ਅਤੇ ਆਪਣਾ ਜੋ ਵੀ ਭੈਣ ਭਰਾ ਹੈ ਨਾ ਦੇਖਦੇ ਆ ਉਹਨਾਂ ਨੂੰ ਪਸੰਦ ਆਉਣ। ਸੋ ਤੁਸੀਂ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ। ਮੇਰੀ ਕੋਸ਼ਿਸ਼ ਆ ਕਿ ਜੇ ਇਹ ਵੀਡੀਓ ਕਿਸੇ ਇੱਕ ਬੰਦੇ ਦੇ ਵੀ ਬੰਦੇ ਲਈ ਵੀ ਫਾਇਦੇਮੰਦ ਹੋਵੇ ਤਾਂ ਮੈਂ ਸਮਝੂਗਾ ਕਿ ਮੇਰੀ ਇਹ ਵੀਡੀਓ ਬਣਾਈ ਸਫਲ ਹੋਈ ਆ। ਸੋ ਤੁਸੀਂ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਕਿਸੇ ਭੈਣ ਭਰਾ ਨੂੰ ਦੁੱਖ ਤਕਲੀਫ ਆ, ਥੋੜ੍ਹਾ ਜਿਹਾ ਉਹਨੂੰ ਹੌਸਲਾ ਮਿਲੇ, ਹੈ ਨਾ, ਕਿਉਂਕਿ ਇੱਦਾਂ ਦੀਆਂ ਵੀਡੀਓ ਸਾਨੂੰ ਹੌਸਲਾ ਦਿੰਦੀਆਂ, ਮੋਟੀਵੇਸ਼ਨ ਦਿੰਦੀਆਂ ਕਿ ਕੋਈ ਨਾ ਜ਼ਿੰਦਗੀ ਦੇ ਵਿੱਚ ਕਈ ਵਾਰੀ ਬੰਦਾ ਭੁੱਲ ਜਾਂਦਾ ਆਪਣੇ ਆਪ ਨੂੰ ਕੰਮਾਂ ਕਾਰਾਂ ਦੇ ਵਿੱਚ। ਸੋ ਯਾਦ ਆਪਾਂ ਨੂੰ, ਮੌਤ ਵੀ ਬੰਦੇ ਨੂੰ ਯਾਦ ਰੱਖਣੀ ਚਾਹੀਦੀ ਹੈ ਵੀ ਸਮਾਂ ਉਹ ਵੀ ਆਉਣਾ। ਸੋ ਆਪਣਾ ਹਮੇਸ਼ਾ ਹੱਕ ਸੱਚ ਦੀ ਕਮਾਈ ਕਰੋ, ਲੋੜਵੰਦਾਂ ਦੀ ਮਦਦ ਕਰੋ, ਆਪਣਿਆਂ ਦੇ ਨਾਲ ਰਲ ਮਿਲ ਕੇ ਰਹੋ, ਸਾਰਿਆਂ ਨੂੰ ਪਿਆਰ ਕਰੋ, ਖੁਸ਼ੀਆਂ ਵੰਡੋ, ਨਫ਼ਰਤ ਬਿਲਕੁਲ ਨਾ ਫੈਲਾਓ। ਬਹੁਤ ਸਾਰੇ ਲੋਕ ਨੈਗੇਟਿਵ ਸੋਚਦੇ ਆ, ਨੈਗੇਟਿਵ ਗੱਲਾਂ ਕਰਦੇ ਆ। ਸੋ ਨਫ਼ਰਤ ਦਾ ਖਾਤਮਾ ਹੋਣਾ ਚਾਹੀਦਾ ਜੀ। ਸਾਰੇ ਕੁਦਰਤ ਦੇ ਬੰਦੇ ਆ, ਕੋਈ ਧਰਮ ਕੋਈ ਜਾਤ ਵੱਲ ਧਿਆਨ ਨਹੀਂ ਦੇਣਾ, ਸਾਰੇ ਆਪਦੇ ਹੀ ਆ, ਸਾਰੇ ਭੈਣ ਭਰਾ, ਹੈ ਨਾ, ਜੋ ਰੱਬ ਨੇ ਬਣਾਏ ਆ ਸਾਰੇ ਇੱਕ ਹੀ ਆ। ਆਪਣੀ ਗੁਰਬਾਣੀ ਵੀ ਕਹਿੰਦੀ ਹੈ ਕਿ ਹਰੇਕ ਬੰਦਾ ਵਾਹਿਗੁਰੂ ਦਾ ਬੰਦਾ।
दसो जी सारे एक आ इंसानियत का धर्म सब तो उच्चा धर्म मनो तो किसी ने नफरत ना करो जे किसी लोड़वंद की मदद कर सकते हो तो जरूर करो तो किसी कदे दुखी ना करो जे मदद भी नहीं कर सकते ना किसी का दिल ना दिखाओ किसी का दिल दिखा सब तो व्डा पाप हों सो दिल ना दिखाओ हमेशा जिथे भी किसी के काम आ सकते हो जरूर आओ सो जी वीडियो वो तो शेयर करो लाइक करके दस्यो वीडियो किमें लगी कमेंट करके दस्यो वीडियो किमें लगी तो अपना कीमती कमेंट जरूर दिओ थोनू यह जो आप थोड़े ना वीडियो शेयर की किदा लगी फिर अगे तो भी इदा दीडियो लैके आया करा सो अपने कोशिश करो कि जिन्हें भी वट्सएप ग्रुप आ फेसबुक के ग्रुप आ तुम जिते भी शेयर कर सकते वीडियो जरूर शेयर करो ता जो तुहाडा एक शेयर के नाल किसी के मन में हौसला कोई बीमार आ कोई मुसीबत दे विच उहनू हौसला मिले है ना इदा करके जरूर करो सो जी इन्ने शब्दों नाल मैनू जगमीत बराड़ नू दिओ इजाजत ते जे तुसी अपना चैनल जगमीत बराड़ वीलॉग्स नहीं सबसक्राइब किया तो नीचे जो रैड कलर का सबसक्राइब का बटन आ रहा उत्ते क्लिक करके चैनल जरूर सबसक्राइब कर लो तो नाल आ रहे बैल दे बटन भी क्लिक कर दिओ तां जो अपनी हर एक वीडियो तुहाडे तक सब तो पहला पहुँच सके। सत श्री अकाल जी।